ਸਤਿ ਸ਼੍ਰੀ ਅਕਾਲ ਜੀ ਪੰਜਾਬ ਟੂਡੇ ਦੇਖ ਰਹੇ ਦਰਸ਼ਕਾਂ ਦਾ ਇੱਕ ਵਾਰ ਫੇਰ ਸਵਾਗਤ ਹੈ ਸਾਡੇ ਐਕਸਕਲੂਸਿਵ ਸ਼ੋ ਇਨਸਾਈਟਸ ਵਿਦ ਵਿਸ਼ਾਲ ਸੂਦ ਦੇ ਵਿੱਚ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਸਰ ਮੈਨੂੰ ਦੱਸੋ ਵੀ ਇੱਕ ਇਨਸਾਨ ਦਾ ਇੱਕ ਕੈਂਡੀਡੇਟ ਦਾ ਦੋ ਜਗ੍ਹਾ ਤੋਂ ਇਲੈਕਸ਼ਨ ਕੰਟੈਸਟ ਕਰਨਾ ਕਿੰਨਾ ਕੁ ਵਾਜਬ ਹੈ ਇਜ਼ ਇਟ ਜਸਟ ਅਬਾਊਟ ਦਾ ਡੈਮੋਕਰੇਟਿਕ ਫਰੀडम बिकॉज ਇਟਸ ਅਲਾਊਡ ਇਨ ਆਰ ਕਨਸਟੀਟਿਊਸ਼ਨ ਹਾਊ ਡੂ ਯੂ ਸੀ ਦਿਸ ਦੇਖੋ ਬੇਸਿਕਲੀ ਆਈ ਡੋਨਟ ਨੋ ਇਫ ਯੂ ਆਰ ਅਵੇਅਰ ਕਿ ਜਿਹੜਾ ਰਿਪਰੈਜ਼ੈਂਟੇਸ਼ਨ ਆਫ ਪੀਪਲ ਐਕਟ ਹੈਗਾ ਸਾਡਾ ਬਿਫੋਰ 1996 it allowed ਕਿ ਬਈ ਬੰਦਾ ਜਿੰਨੀ ਮਰਜੀ ਸੀਟ ਤੋਂ ਖੜਾ ਹੋ ਸਕਦਾ ਹਮ ਇੱਕ ਟਾਈਮ ਇੱਕ ਇੱਕ ਕੈਂਡੀਡੇਟ ਦਾ ਰਿਕਾਰਡ ਹੈ ਹੀ स्टूड ਫਰਮ 43 ਕੰਸਟੀਟੂਐਂਸੀਜ਼ ਈਵਨ ਆਪਣੇ ਐਕਸ ਪ੍ਰਿੰਮ ਮਿਨਿਸਟਰ ਅਟਲ ਬਿਹਾਰੀ ਵਾਜਪਾਈ ਜੀ ਹਮ ਹੀ स्टूड ਫਰਮ 3 ਕੰਸਟੀਟੂਐਂਸੀਜ਼ ਇਨ 1957 ਹਮ ਤੇ 1996 ਚ ਰੂਲ ਅਮੈਂਡ ਕੀਤਾ ਗਿਆ ਕਿ ਮੈਕਸਿਮਮ 2 ਕੰਸਟੀਟੂਐਂਸੀਜ਼ ਵਿਲ ਬੀ ਅਲੌਡ ਤੇ ਹਾਲਾਂਕਿ ਇਲੈਕਸ਼ਨ ਕਮਿਸ਼ਨ ਨੇ ਇਹ ਰਿਕਮੈਂਡੇਸ਼ਨ ਦਿੱਤੀ ਹੋਈ ਆ ਕਿ ਇੱਕੋ ਥਾਂ ਤੋਂ ਇੱਕ ਕੈਂਡੀਡੇਟ ਖੜਾ ਕੀਤਾ ਜਾਵੇ ਹਮ ਤੇ ਇਹ ਰეკਮੈਂਡੇਸ਼ਨ ਹੈਸ ਟੂ ਬੀ ਪਾਸਡ ਬਾਏ ਪਾਰਲੀਮੈਂਟ ਸੁਪਰੀਮ ਕੋਰਟ ਚ ਵੀ ਇਹਦੀ ਡਿਸਕਸ਼ਨ ਹੋਈ ਆ ਤੇ ਗਵਰਨਮੈਂਟ ਨੇ ਆਪਣੇ ਵੱਲੋਂ ਐਰੀਜਨ ਦੇ ਆ ਪੋਲੀਟੀਸ਼ੀਅਨਸ ਨੇ ਮੈਂ ਕੋ ਪਾਰਲੀਮੈਂਟ ਦਾ ਮਤਲਬ ਪੋਲੀਟੀਸ਼ੀਅਨਸ ਨੇ ਐ ਰੀਜ਼ਨ ਦਿੱਤਾ ਵਾ ਕਿ ਜੇ ਕੈਂਡੀਡੇਟ ਦੋ ਥਾਂ ਤੋਂ ਖੜਾ ਹੋ ਪਾਏਗਾ ਤੇ ਜਨਤਾ ਨੂੰ ਜ਼ਿਆਦਾ ਚੁਆਇਸ ਮਿਲੇਗੀ ਮਨੂੰ ਇਹ ਆਰਗੂਮੈਂਟ ਵੈਲਿਡ ਨਹੀਂ ਲੱਗਦੀ ਮਨੂੰ ਲੱਗਦਾ ਇਟਸ ਅ ਵੇਸਟੇਜ ਆਫ ਰਿਸੋਰਸਸ ਐਬਸੋਲੂਟਲੀ ਬਿਕੋ ਆਰਪੀ ਐਕਟ ਦਾ ਸੈਕਸ਼ਨ ਇੱਕ ਸੈਕਸ਼ਨ ਕਹਿੰਦਾ ਹੈ ਕਿ ਸੈਕਸ਼ਨ 70 ਇਟ ਸੇਜ਼ ਕਿ ਇੱਕ ਬੰਦਾ ਇੱਕੋ ਥਾਂ ਨੂੰ ਰਿਪਰੈਜ਼ੈਂਟ ਕਰ ਸਕਦਾ ਹੈ ਮੂਵਮੈਂਟ ਕੋਈ ਬੰਦਾ ਦੋ ਥਾਂ ਤੋਂ ਸਿਲੈਕਟ ਹੁੰਦਾ ਹੈ ਦੂਜੀ ਥਾਂ ਤੇ ਬਾਈ ਇਲੈਕਸ਼ਨ ਆਪਣੇ ਆਪ ਪ੍ਰੈਸੀਪਿਟੇਟ ਹੋ ਜਾਂਦੇ ਨੇ ਉੱਥੇ ਬਾਈ ਇਲੈਕਸ਼ਨ ਹੋਣੀ ਹੋਣੇ ਨੇ ਤੇ ਹੁਣ ਜਿਹੜੇ ਉਸ ਕੰਸਟਿਟੂਐਂਸੀ ਦੇ ਜਿਸ ਲੀਡਰ ਨੂੰ ਚੁਣਿਆ ਉਹ ਬੰਦਾ ਪਹਿਲਾਂ ਹੀ ਇਸ ਤਿਆਰੀ ਚ ਹੈ ਕਿ ਮੈਂ ਰਿਜ਼ਾਈਨ ਕਰਨਾ ਹੈ ਇਹ ਪੋਪੂਲੇਸ਼ਨ ਦੇ ਲਈ ਫੇਅਰ ਨਹੀਂ ਆ ਤੇ ਇਹ ਰਿਕਮੈਂਡੇਸ਼ਨ ਜਾਂ ਇਹ ਆਰਗੂਮੈਂਟ ਪੋਲੀਟੀਸ਼ੀਅਨਸ ਦੀ ਬਿਲਕੁਲ ਅਨਫੇਅਰ ਹੈ ਕਿ ਜਨਤਾ ਨੂੰ ਜ਼ਿਆਦਾ ਚੁਆਇਸਸ ਮਿਲਦੀਆਂ ਨੇ ਸੋ ਥੈਟ ਇਜ਼ ਸਮਥਿੰਗ ਵਿਚ ਆਈ ਡੋਨਟ ਐਗਰੀ ਵਿਦ ਕਿ ਕੈਂਡੀਡੇਟਸ ਜਿਹੜੇ ਦੋ ਥਾਂ ਤੋਂ ਖੜੇ ਹੋ ਰਹੇ ਨੇ ਇਹ ਆਈਡਲੀ ਤੇ ਮੈਨੂੰ ਲੱਗਦਾ ਹੈ ਪੋਲਿਟੀਕਲ ਪ੍ਰੋਸੈਸ ਦੇ ਵਿੱਚ ਇੱਕ ਅਨਫੇਅਰਨੈਸ ਹੈ ਜਿਹੜੀ ਟੌਪ ਲੀਡਰਸ ਨੇ ਜਾਂ ਪੈਸੇ ਵਾਲੇ ਲੀਡਰ ਨੇ ਜਾਂ ਇਨਫਲੂਐਂਸ਼ੀਅਲ ਲੀਡਰ ਨੇ ਉਹ ਆਪਣਾ ਰਿਸਕ ਕਵਰ ਕਰਦੇ ਪਏ ਨੇ ਇਸ ਕਰਕੇ ਉਹਨੂੰ ਬਦਲਣ ਨਹੀਂ ਦੇਣਾ ਚਾਹ ਰਹੇ ਜੀ ਹੁਣ ਹਰ ਕੋਈ ਅਲੱਗ-ਅਲੱਗ ਰੀਜ਼ਨ ਦੀ ਵਜ੍ਹਾ ਨਾਲ ਖੜਾ ਹੁੰਦਾ ਹੈ ਮੈਂ ਜੇ ਗੱਲ ਕਰਾਂ 2014 ਚ ਨਰਿੰਦਰ ਮੋਦੀ ਜੀ ਵੀ ਆਪਣੇ ਪ੍ਰਾਈਮ ਮਿਨਿਸਟਰ ਹੀ ਸਟੂਡ ਫਰਮ ਵਾਰਾਨਸੀ ਅਸਵਲੈਸ ਵਦੋਦਰਾ ਹਮ ਉਹਨਾਂ ਨੇ ਵਦੋਦਰਾ ਦੀ ਸੀਟ ਵਕੇਟ ਕਰਤੀ ਜੀ ਉਸ ਵੇਲੇ ਉਹਨਾਂ ਦਾ ਪਰਪਸ ਇਹ ਸੀ ਕਿ ਭਈ ਮੈਂ ਆਪਣੀ ਪੈਨ ਇੰਡੀਆ ਪਪੂਲਾਰਿਟੀ ਇਸਟੈਬਲਿਸ਼ ਕਰਨੀ ਹੈ ਹਮ ਰਾਈਟ ਉਹਨਾਂ ਨੂੰ ਇਹ ਨਹੀਂ ਸੀ ਕਿ ਉਹ ਵਦੋਦਰਾ ਛੱਡ ਜਾਣਗੇ that जी. was not in his mind ਬਟ ਆਪਣੀ ਪੈਨ ਇੰਡੀਆ ਪਪੂਲਾਰਿਟੀ ਨੂੰ ਉਹ ਸਟੈਂਪ ਕਰਨਾ ਚਾਹੁੰਦੇ ਸੀ ਹਮ ਸੈਕੰਡ ਅ 2019 ਦੇ ਇਲੈਕਸ਼ਨਾਂ ਚ ਅ ਆਪਣੇ ਰਾਹੁਲ ਗਾਂਧੀ ਹੂੰ ਹੀ ਸਟੂਡ ਫਰਮ ਟੂ ਕੰਸਟੀਟਿਊਐਂਸੀਸ ਹੂੰ ਉਹਦਾ ਰੀਜ਼ਨ ਅਲੱਗ ਸੀ ਹੀ ਵਾਸ ਵਰਿਡ ਤੇ ਉਹ ਫਈ ਹੋਇਆ ਕਿ ਜਿਹੜੀ ਉਹਨਾਂ ਦਾ ਫੈਮਿਲੀ ਬੈਸਟੀਅਨ ਸੀ ਉੱਥੋਂ ਉਹ ਹਾਰ ਜਾਣਗੇ ਜੀ ਤੇ ਉਹ ਆਪਣੇ ਆਪ ਨੂੰ ਸੇਫ ਕਰਦੇ ਪਏ ਸੀ ਹੂੰ ਹੁਣ ਕੁਐਸਚਨ ਹੈ ਵਾ ਕਿ ਵਾਈ ਸਮਵਨ ਇਜ਼ ਡੂਇੰਗ ਇਟ ਹਾਂਜੀ ਆਫ ਕੋਰਸ ਦਾ ਇਨੀਸ਼ੀਅਲ ਕੁਐਸਚਨ ਸੀ ਕਿ ਇਹ ਵਾਜਿਬ ਹੈ ਮੈਨੂੰ ਤਾਂ ਨਹੀਂ ਲੱਗਦਾ ਵਾਜਿਬ ਹੈ ਇਟ ਇਜ਼ ਅਨਫੇਅਰ ਟੂ ਦੀ ਪੋਪੂਲੇਸ਼ਨ ਇਹ ਪੋਲਿਟਿਸ਼ੀਅਨਸ ਨੇ ਆਪਣੇ ਹੱਥ ਟੂਲ ਰੱਖਿਆ ਹੈ ਉਹ ਆਰ ਇਨਫਲੂਐਂਸ਼ੀਅਲ ਟੂ ਸੇਫਗਾਰਡ ਥੈਮ ਸਰ ਜੀ ਜੀ ਜਾਂ ਦੂਜੇ ਦੀ ਵੋਟ ਕੱਟ ਦੇਣਗੇ ਬਿਲਕੁਲ ਸਰ ਰੀਸੈਂਟਲੀ ਕਾਂਗਰਸ ਨੇ ਵੀ ਇਹੀ ਕੰਮ ਕੀਤਾ ਹੈ ਸੀਐਮ ਚੰਨੀ ਨੂੰ ਦੋ ਜਗ੍ਹਾ ਤੋਂ ਚੋਣ ਲੜਨ ਦੇ ਤਾਰਿਆ ਹੈ ਸੋ ਵਾਟ ਮਸਟ ਬੀ ਕਾਂਗਰਸ ਰੀਜ਼ਨ ਦੇਖੋ ਇਹਦੇ ਵਿੱਚ ਦੋ ਤਿੰਨ ਮੈਸੇਜ ਜਾ ਰਹੇ ਨੇ ਹਮ ਵਾਟ ਯੂ ਟੇਕ ਇਟ ਇਟ ਡਿਪੈਂਡਸ ਔਨ ਕੀ ਵਾਟ ਸਾਈਡ ਯੂ ਆਰ ਚੂਜ਼ਿੰਗ ਹਮ ਆਪਾਂ ਪੰਜਾਬ ਟੁਡੇ ਦੇ ਉੱਤੇ ਸਾਰੇ ਰੀਜ਼ਨ ਕੀ ਕੀ ਹੋ ਸਕਦੇ ਨੇ ਹਮ ਵਨ ਰੀਜ਼ਨ ਇਸ ਹਨ ਸੀਐਮ ਚੰਨੀ ਤੇ 브ਦਰ ఇండిపెండੈਂਟਲੀ ਖੜੇ ਹੋ ਰਹੇ ਨੇ ਹੂੰ ਉਹ ਵੀ ਉਹਨਾਂ ਨੂੰ ਇੱਕ ਫੈਮਲੀ ਦੇ ਵਿੱਚ ਜਿਹੜਾ ਡਿਸਪਿਊਟ ਹੈ ਜਿਹੜੀ ਉਹਨਾਂ ਦੇ ਸਪੋਰਟ ਨੂੰ ਬਾਈਫਰਕੇਟ ਕਰੇਗਾ ਵਿਦਨ देयर ओन ਕੰਸਟੀਚੂਐਂਸੀ ਹੂੰ ਇਹ ਵੀ ਹੋ ਸਕਦਾ ਹੈ ਕਿ ਹੀ ਇਜ਼ ਨਾਟ ਕਨਫੀਡੈਂਟ ਦੀ ਕਾਈਂਡ ਆਫ ਵਰਕ ਹੀ ਹੈਸ ਡਨ ਹੂੰ ਐਜ਼ ਐਨ ਐਮਐਲਏ ਸੀਐਮ ਬਨਨ ਤੋਂ ਬਾਅਦ ਤੇ ਉਹ ਆਮ ਜਨਤਾ ਚ ਵਿਚਰਦੇ ਚੰਗੀਦਰ ਨਜ਼ਰ ਆਏ ਨੇ ਉਹ ਫੋਟੋ ਆਪ অপਸ਼ਨ ਉਹਨਾਂ ਨੇ ਆਪਣੀਆਂ ਪੂਰੀਆਂ ਯੂਜ਼ ਕੀਤੀਆਂ ਨੇ ਹੂੰ ਬਟ ਅ ਸੈਕੰਡ ਪਾਰਟ ਹੋ ਸਕਦਾ ਉਹਦਾ ਕਿ ਭਈ ਹੁਣ ਆਪਣੀ ਫੈਮਿਲੀ ਚ ਜਦ ਬਗਾਵਤ ਹੋ ਜਾਏ ਉਹਨਾਂ ਨੂੰ ਨਾ ਤੇ ਸੀਟ ਕਿਤੇ ਹੋਰ ਥਾਂ ਤੋਂ ਟਿਕਟ ਦਵਾਈ ਉਹਨਾਂ ਨੇ ਮਤਲਬ ਨਾ ਦਵਾ ਪਾਏ ਐ ਵਟ ਏਵਰ ਹਾਵਡ ਬੀਨ ਡਿਸਾਈਡਡ ਤੇ ਨਾਈ ਉਹਨਾਂ ਨੂੰ ਸਮਝਾ ਪਾਏ ਕਿ ਤੁਸੀਂ ਖੜੇ ਹੋ ਇਹ ਆਪਣੇ ਆਪ ਦੇਖੋ ਸਪੋਰਟ ਕਿਵੇਂ ਹੁੰਦੀ ਹੈ ਤੁਹਾਡੇ ক্লোਜ਼ ਵਾਂਸ ਤੋਂ ਸਪੋਰਟ ਸ਼ੁਰੂ ਹੁੰਦੀ ਹੈ ਤੇ ਤੁਸੀਂ ਡਿਫਰੈਂਟ ਸਰਕਲਸ ਆਫ ਐਸੋਸੀਏਸ਼ਨ ਬਣਾਉਂਦੇ ਹੋ ਸੀਐਮ ਚੰਨੀ ਦੀਸ ਤੋਂ ਪਹਿਲਾਂ ਕੋਈ ਮਾਸ ਪਪੂਲਾਰਿਟੀ ਨਹੀਂ ਸੀ ਹੀ ਵਾਸ ਨਾਟ ਸੀਨ ਐਸ ਵਨ ਆਫ ਦਿ ਟਾਲਰਸਟ ਲੀਡਰਸ ਆਫ ਪੰਜਾਬ ਮੈਨੂੰ ਸੀਐਮ ਬਣਨ ਤੋਂ ਪਹਿਲਾਂ ਚੰਨੀ ਸਾਭੀ ਕੋਈ ਇਸ ਤਰ੍ਹਾਂ ਦੀ ਕੋਈ ਨਹੀਂ ਸੀ ਪਪੂਲਾਰਿਟੀ ਉਹ ਚੀਜ਼ ਉਹਨਾਂ ਦੇ ਮਨ 'ਚ ਇੱਕ ਅਸ਼ੰਕਾ ਪਾ ਸਕਦੀ ਹੈ ਇਹ ਮੈਸੇਜ ਹੁਣ ਦੂਜਾ ਮੈਸੇਜ ਹੋ ਸਕਦਾ ਕਿ ਉਹਨਾਂ ਨੂੰ ਇੱਕ ਕਾਈਂਡ ਆਫ ਅਸ਼ੂਰੈਂਸ ਹੈਗੀ ਆ ਹਾਈ ਕਮਾਂਡ ਤੋਂ ਉਹਨਾਂ ਦੀ ਕਿ ਭਈ ਯੂ ਵਿਲ ਬੀ ਦਿ ਸੀਐਮ ਇਫ ਕਾਂਗਰਸ ਵਿਨਸ ਹੈ ਨਾ ਤੇ ਜਿਹੜਾ ਸੀਐਮ ਕੈਂਡੀਡੇਟ ਹੈ ਉਹਨੂੰ ਤੁਸੀਂ ਰੀਅਸ਼ੋਰ ਕਰਨਾ ਚਾਹੁੰਦੇ ਹੋ ਕਿ ਉਹ ਨਾ ਹਾਰੇ ਤੁਹਾਡਾ ਜਿਹੜਾ ਮੇਨ ਜਿਹੜਾ ਫੇਸ ਤੈਨੂੰ ਬਣਾਉਣਾ ਚਾਹੁੰਦੇ ਹੋ ਉਹ ਫੇ ਹਾਰ ਗਿਆ ਤੇ ਇਟ ਵਿਲ ਬੀ ਅ ਹਿਊਜ ਪ੍ਰੋਬਲਮ ਜੀ ਇੱਕ ਚੀਜ਼ ਹੋਰ ਹੈ ਇੰਡੀਕੇਟ ਕਰਦੀ ਹੈ ਹੁਣ ਕਾਂਗਰਸ ਪਾਰਟੀ ਇਹ ਇਨਸ਼ੋਰ ਕਰਨਾ ਚਾਹੁੰਦੀ ਹੈ ਕਿ ਚੰਨੀ ਜਿੱਤੇ ਹੀ ਜਿੱਤੇ ਹੂੰ ਇਹ ਵੀ ਉਹ ਚਾਹੁੰਦੇ ਨੇ ਜੀ ਇੱਕ ਮੈਸੇਜ ਜਾਂਦਾ ਨਵਜੋਤ ਸਿੰਘ ਸਿੱਧੂ ਦੀ ਜਦ ਕਿ ਉਹਨਾਂ ਦੀ ਸੀਟ ਆਪ ਖਤਰੇ ਚ ਲੱਗਦੀ ਪਈ ਹੈ ਜਿਹੜੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਨੂੰ ਇਹ ਮੌਕਾ ਨਹੀਂ ਦਿੱਤਾ ਜਾ ਰਿਹਾ ਕਿ ਉਹ ਵੀ ਆਪਣੇ ਆਪ ਨੂੰ ਕਿਤੇ ਸੇਫ ਕਰਨ ਕਿਸੇ ਕਾਂਗਰਸ ਦੇ ਸਟਰੋਂਗ ਪੁਆਇੰਟ ਤੇ ਜਾਣ ਜੀ ਜੀ ਇਹਦੀ ਮੈਸੇਜਿੰਗ ਐਵੀ ਹੋ ਸਕਦੀ ਹੈ ਕਿ ਭਾਈ ਉਹਨਾਂ ਨੇ ਡਿਸਾਈਡ ਕਰ ਲਿਆ ਕਿ ਹੀ ਵਿਲ ਬੀ ਦੀ ਫੇਸ ਦੂਜਾ ਸੀ ਚੰਨੀ ਦੀਆਂ ਆਪਣੀਆਂ ਐਸਪੀਰੇਸ਼ਨਸ ਹੋ ਸਕਦੀਆਂ ਟੂ ਇਸਟੈਬਲਿਸ਼ ਧ ਹਿਮਸੈਲਫ ਐਸ ਦੀ ਲੀਡਰ ਆਫ ਦਲਿਟਸ ਅਕ੍ਰੋਸ ਪੰਜਾਬ ਕਿ ਆਈ ਏਮ ਸੋ ਪਪੂਲਰ ਤੇ ਉਹਨਾਂ ਨੇ ਜਿਹੜੀ ਕਨਸਟੀੂਐਂਸੀ ਚੁਣੀ ਆ ਬਦੌਰ ਤੋਂ ਜੀ ਬਦੌਰ ਤੋਂ ਜਿੱਥੋਂ ਆਪਣੀ ਕੰਸਟੀਚਨਸੀ ਤੋਂ ਖੜੇ ਹੋ ਰਹੇ ਨੇ ਉੱਥੇ 46% ਪੋਪੂਲੇਸ਼ਨ ਇਜ਼ ਆਫ ਐਸਸੀ ਵੋਟਰਸ ਰਾਈਟ ਐ ਇੱਕ ਸਿਗਨੀਫੀਕੈਂਟ ਨੰਬਰ ਹੈ ਤੇ ਪ੍ਰੋਬਬਲੀ ਹਾਲਾਂਕਿ ਕਾਂਗਰਸ ਨੇ ਉੱਥੇ ਕਦੀ ਜਿੱਤਿਆ ਨਹੀਂ ਹ ਬਟ ਬਟ ਇਹ ਆਪਣੇ ਆਪ ਦੇ ਵਿੱਚ ਉਹ ਆਪਣੇ ਆਪ ਨੂੰ ਪੈਨ ਪੰਜਾਬ ਲੀਡਰ ਇਸਟੈਬਲਿਸ਼ ਕਰਨ ਦਾ ਪਹਿਲਾ ਸਟੈਪ ਵੀ ਉਹਨਾਂ ਲਈ ਹੋ ਸਕਦਾ ਹੈ ਕਿ ਮੇਰੀ ਪੋਪੂਲਾਰਿਟੀ ਅਜੇ ਇੱਥੇ ਹੈ ਕਿ ਮੈਂ ਇੱਕ ਇੱਕ ਵੀਕ ਏਰੀਆ ਚ ਵੀ ਜੇ ਲੜਾਂ ਹੈਲਾਂਕੀ ਉੱਥੇ ਜੋ ਇਸ ਵੇਲੇ ਪਹਿਲਾਂ ਉੱਥੇ ਆਮ ਆਦਮੀ ਪਾਰਟੀ ਦੇ ਜਿਹੜੇ ਐਮਐਲਏ ਸਨ ਉਹਨਾਂ ਨੇ ਤਾਂ ਕਾਂਗਰਸ ਜੁਆਇਨ ਕਰ ਲਿਆ ਜੀ ਜੀ ਤੇ ਉਹਨਾਂ ਨੂੰ ਹੁਣ ਬਾਕੀ ਕੈਂਡੀਡੇਟ ਇਨ ਸਟਰੋਂਗ ਨੇਮ ਨਹੀਂ ਨੇ ਕੋ सीएम ਬਣਨ ਦੀ ਬਾਤ ਦਾ ਰੁਤਬਾ ਬਦਲ ਜਾਂਦਾ ਹੈ ਜੀ ਤੁਹਾਡਾ ਨਾਮ ਹਰ ਥਾਂ ਤੇ ਤੁਸੀਂ ਪੰਜਾਬ ਦੀ ਕਿਸੇ ਸੜਕ ਤੇ ਚੱਲ ਜਾਓ ਤੁਹਾਨੂੰ ਸੀਐਮ ਚੰਨੀ ਦੇ ਬੈਨਰ ਲੱਗੇ ਆਣਗੇ ਹੈਨਾ ਉਹਨਾਂ ਨੇ ਆਪਣੇ ਆਪ ਨੂੰ ਪਿਛਲੇ 111 12 ਦਿਨਾਂ 'ਚ ਆਪਣਾ ਚਿਹਰਾ ਹਰ ਥਾਂ ਤੇ ਵਿਖਾਇਆ ਤੁਸੀਂ ਰੇਡੀਓ ਸੁਣ ਲਓ ਉੱਥੇ ਚੰਨੀ ਦੇ ਗਾਣੇ ਵੱਜਦੇ ਪਏ ਨੇ ਤੁਸੀਂ ਕੋਈ ਟੀਵੀ ਐਡਵਰਟਾਈਜ਼ਮੈਂਟ ਵੇਖ ਲਓ ਉੱਤੇ ਚੰਨੀ ਦੀ ਪ੍ਰੋਮੋਸ਼ਨ ਹੋ ਰਹੀ ਹੈ ਤੇ ਪਿਛਲੇ 111 ਦਿਨ ਚ ਜਿਹੜਾ ਉਹਨਾਂ ਨੇ ਇੱਕ ਕੰਮ ਆਪਣਾ ਪੂਰੇ ਜੋਰ ਲਾ ਕੇ ਕੀਤਾ ਉਹ ਹੈ ਆਪਣੀ ਪੋਪੂਲੈਰਿਟੀ ਬਣਾਉਣਾ ਪ੍ਰੋਮੋਸ਼ਨ ਜੀ ਪ੍ਰੋਮੋਸ਼ਨ ਦਾ ਕੰਮ ਕੀਤਾ ਹੈ ਨਾ ਆਫਕੋਰਸ ਬੜੇ ਚੰਗੇ ਬਜਟ ਲੱਗੇ ਹੋਣਗੇ ਉਹਨਾਂ ਸੀਐਮ ਕੈਂਡੀਡੇਟ ਨੇ ਤੇ ਪੈਸੇ ਵੀ ਚੰਗੇ ਖਰਚ ਕਰ ਰਹੀ ਹੈ ਗਵਰਨਮੈਂਟ ਵੀ ਪਹਿਲਾਂ ਤੇ ਗਵਰਨਮੈਂਟ ਦੀਆਂ ਸਕੀਮਸ ਥਰੂ ਸੀ ਉਹਨਾਂ ਕਾਂਗਰਸ ਪਾਰਟੀ ਦੀਆਂ ਪ੍ਰੋਮੋਸ਼ਨਸ ਆ ਗਈਆਂ ਨੇ ਤੇ ਇਹ ਇਹ ਰੀਜ਼ਨ ਹੋ ਸਕਦੇ ਨੇ ਉਹਨਾਂ ਦੇ ਆਊਟ ਆਫ ਥੀਸ 2 3 ਵਟਐਵਰ ਦੀ ਰੀਜ਼ਨ ਗੋਡ ਨੋਸ ਜਾਂ ਕਾਂਗਰਸ ਹਾਈ ਕਮਾਂਡ ਨੋਸ ਤੇ ਇਹਨਾਂ ਚ ਕੋਈ ਰੀਜ਼ਨ ਹੋ ਸਕਦੇ ਨੇ ਬਿਲਕੁਲ ਆਫਕੋਰਸ ਕੀ ਆਪਣੇ ਆਪ ਨੂੰ ਦਲਿਤ ਨੇਤਾ ਅਕ੍ਰੋਸ ਪੰਜਾਬ ਇਸਟੈਬਲਿਸ਼ ਕਰਨਾ ਇਹ ਉਹਨਾਂ ਦਾ ਇੱਕ ਮੇਜਰ ਪਰਪਸ ਹੋ ਸਕਦਾ ਸਰ ਅਰਵਿੰਦ ਕੇਜਰੀਵਾਲ ਜੀ ਦਾ ਇਹਦੇ ਤੇ ਰਿਐਕਸ਼ਨ ਆਇਆ ਟਵੀਟ ਤੇ ਰਹੀ ਕਿ ਅਸੀਂ ਤਾਂ ਪਹਿਲਾਂ ਹੀ ਸਰਵੇ ਤੇ ਦੱਸਿਆ ਸੀਗਾ ਕਿ ਚਮਕੌਰ ਸਾਹਿਬ ਤੋਂ ਹਾਰ ਜਾਣਗੇ ਸੋ ਇਹ ਤਾਂ ਸਾਨੂੰ ਪਹਿਲਾਂ ਹੀ ਪਤਾ ਸੀ ਸੋ what is your take on his reaction ਜਿਵੇਂ ਆਪਾਂ ਦੱਸਿਆ ਕਿ ਇਟ ਇਟ ਇਜ਼ ਅ ਸਟਰੋਂਗ ਪੋਸਿਬਿਲਿਟੀ ਕਿ ਉਹਨਾਂ ਨੂੰ ਇੱਕ ਸੀਟ ਸਿਕਯੂਰ ਨਾ ਲੱਗ ਰਹੀ ਹੋਵੇ ਤੇ ਜਿੰਨੂੰ ਤੁਸੀਂ ਸੀਐਮ ਫੇਸ ਬਣਾਉਣਾ ਚਾਹੁੰਦੇ ਹੋ ਪੂਰੀ ਪਾਰਟੀ ਦੇ ਲਈ ਬਹੁਤ ਇੱਕ ਖਰਾਬ ਗੱਲ ਹੋ ਜਾਂਦੀ ਹੈ ਹੈਨਾ ਇਟ ਇਟ ਇਜ਼ ਉਹ ਤੁਹਾਡੀ ਵਿਕਟਰੀ ਨੂੰ ਕੰਪਲੀਟ ਵਿਕਟਰੀ ਨਹੀਂ ਰਹਿ ਜਾਂਦੀ ਮੈਂ ਕਹਿੰਨਾ ਸਮ ਹਾਉ ਕਾਂਗਰਸ ਦੀਆਂ ਇਨਫ ਸੀਟਾਂ ਵੀ ਆ ਜਾਣ ਪਰ ਤੁਹਾਡਾ ਸੀਐਮ ਫੇਸ ਆ ਗਿਆ ਇਟ ਇਜ਼ ਨਾਟ ਅ ਕੰਪਲੀਟ ਵਿਕਟਰੀ ਜਿਵੇਂ TMC ਨਾਲ ਹੋਇਆ ਜੀ ਜੀ ਹੈਨਾ ਬੰਗਾਲ ਚ ਜੀ ਤੇ ਉਹ ਫਿਰ ਕੰਪਲੀਟ ਵਿਕਟਰੀ ਨਹੀਂ ਰਹਿ ਜਾਂਦੀ ਜੀ ਚਲੋ ਖੈਰ ਉਸ ਤੇ ਬਾਕੀ ਜੇ ਪਹਿਲੀ ਵਾਰੀ ਨਹੀਂ ਜਿੱਤੇ TMC ਇਸ ਤੇ ਮਮਤਾ ਬੇਨਰਜੀ ਦਾ ਸਰਵੋ ਸਰਵਾ ਨੇ ਹਾਂ ਇੱਥੇ ਜੇ ਨਹੀਂ ਜਿੱਤੇ ਮੁੰਨੂ ਨਹੀਂ ਲੱਗਦਾ ਬਾਕੀ ਕਾਂਗਰਸ ਲੀਡਰਾਂ ਨੇ ਇਹਨੂੰ ਦੁਬਾਰਾ ਇਲੈਕਸ਼ਨ ਖੜੇ ਕਰਨ ਦਾ ਜਾਂ ਇਹਨਾਂ ਨੂੰ ਦੁਬਾਰਾ ਮੌਕਾ ਦੇਣਾ ਵੀ ਆ ਕਿ ਕਿ ਸੈਨੂ ਰਿਜ਼ਾਈਨ ਕਰਵਾ ਕੇ ਕੋਈ ਗਰਾਉਂਡ ਨਹੀਂ ਬਣਾਉਂਦਾ ਕੋਈ ਗਰਾਉਂਡ ਬਚਣਾ ਵੀ ਨਹੀਂ ਐਨਾਲਾਈਜ਼ ਉਹ ਆਪਣੇ ਆਪ ਨੂੰ ਸੇਵ ਕਰਦੇ ਪਏ ਨੇ ਵੇਖੋ ਐਨਾਲਿਸਿਸ ਹੁੰਦੇ ਨੇ ਅਗਲਿਆਂ ਦਾ ਕਰੀਅਰ ਹੈ ਉਹ ਬੈ ਕੇ ਡੀਪਲੀ ਅਨਲਾਈਜ਼ ਕਰਦੇ ਨੇ ਉਹਨਾਂ ਨੂੰ ਸਮਝ ਆ ਰਹੇ ਹੋਗਾ ਕਿ ਆਪਾਂ ਰਿਸਕ ਕਿਉਂ ਲੈਣਾ ਅੱਜ ਨਹੀਂ ਚੰਗੀ ਪੋਜੀਸ਼ਨ ਜੇ ਕਿ ਅਸੀਂ ਅੱਜ ਇੱਕ ਸ਼ਾਰਟ ਟਰਮ ਸਟੌਪ ਗੈਪ ਸੀਐਮ ਬਣੇ ਸੀ ਹੋਣੇ ਲੌਂਗ ਟਰਮ ਸੀਐਮ ਬਣ ਸਕਦੇ ਬਿਲਕੁਲ ਸਰ ਵਿਕਰਮਜੀਤ ਸਿੰਘ ਮਜੀਠੀਆ ਨੇ ਵੀ ਡਿਸਾਈਡ ਕੀਤਾ ਸੀ ਦੋ ਜਗ੍ਹਾ ਤੋਂ ਇਲੈਕਸ਼ਨ ਕੰਟੈਸਟ ਕਰਨਾ ਥਾ ਈਸਟ ਅੰਮ੍ਰਿਤਸਰ ਐਨ ਮਜੀਠਾ ਉਹ ਤਾਂ ਨਵਜੋਤ ਸਿੰਘ ਸਿੱਧੂ ਦੇ ਚ ਦੇਖੋ ਉਹਨਾਂ ਦਾ ਲੜਨ ਦਾ ਰੀਜ਼ਨ ਦੋ ਤਾਂ ਤੋਂ ਅਲੱਗ ਸੀ ਹੁਣ ਵਿਕਰਮਜੀਤ ਸਿੰਘ ਮਠੀ ਮਜੀਠੀਆ ਦਾ ਰੀਜ਼ਨ ਇਹ ਸੀ ਕਿ ਆਮ ਗਿਵਿੰਗ ਯੂ ਅ ਚੈਲੰਜ ਯੂ نو ਯੂ ਆਰ ਪੁੱਟਿੰਗ ਅਲਿਗੇਸ਼ਨ ਲੈਟ ਪੁੱਟ ਯਰ ਪਪੂਲਾਰਿਟੀ ਟੂ ਟੈਸਟ ਵੇਖ ਲੈਣੇ ਗਰਾਊਂਡ ਲੈਵਲ ਤੇ ਤੁਸੀਂ ਕਿੱਥੇ ਸਟੈਂਡ ਕਰਦੇ ਹੋ ਮੈਂ ਵੀ ਉੱਥੇ ਆ ਕੇ ਤੁਹਾਡੇ ਇਲਾਕੇ ਜਾ ਕੇ ਲੜੂੰਗਾ ਹੈਨਾ ਹੁਣ ਸੈਂਸ ਸਿਟੀਜ਼ਨ ਈਗੋ ਵਾਰ ਜੇ ਲੋਕਾਂ ਦੀ ਗੱਲ ਉਹ ਜਿਵੇਂ ਇਸ ਚੈਲੰਜ ਨੂੰ ਅਕਸੈਪਟ ਕਰਦੇ ਨੇ ਕਿ ਇੱਕੋ ਥਾਂ ਤੇ ਲੜਨਾ ਹੈ ਇਹਦੇ ਨਾਲ ਉਹਨਾਂ ਦੀ ਕ੍ਰੈਡੀਬਿਲਟੀ ਉਹਨਾਂ ਦੇ ਚੈਲੰਜ ਦੀ ਵਧੇਗੀ ਹੈਨਾ ਤੇ ਇਜ਼ੀ ਵਿਲਿੰਗ ਟੂ ਟੇਕ ਦੈਟ ਰਿਸਕ ਉਹ ਉਹਨਾਂ ਦੀਆਂ ਟੀਮਾਂ ਤੇ ਉਹ ਬੈਕ ਇ ਡਿਸਾਈਡ ਕਰਨਗੇ ਕਿੰਨਾ ਜੋਸ਼ ਤੇ ਕਿੰਨਾ ਹੌਸ਼ ਉਹਦਾ ਬੈਲੈਂਸ ਕਿਵੇਂ ਬਣਾਉਂਦੇ ਨੇ ਇਹ ਉਹਨਾਂ ਤੇ ਡਿਪੈਂਡ ਕਰਦਾ ਹੈ ਬਟ ਲੈਟਸ ਸੀ ਹਾਊ ਇਟ ਗੋਸ ਜੇ ਉਹ ਇਕੱਲੇ ਲੜਦੇ ਨੇ ਇੱਕ ਬੜਾ ਸਟਰੋਂਗ ਮੈਸੇਜ ਪਹਿਲਾਂ ਹੀ ਪੋਪੂਲੇਸ਼ਨ ਨੂੰ ਚੱਲ ਜਾਏ ਜੀ ਜੀ ਤੇ ਇਸ ਤੋਂ ਬਾਅਦ ਦੇਖੋ ਪਾਰਟੀਆਂ ਵੀ ਆਪਣੇ ਸਰਵੇ ਕਰ ਰਹੀਆਂ ਉਹਨਾਂ ਨੇ ਕਾਫੀ ਹੱਦ ਤੱਕ ਇੱਕ ਰਿਐਲਿਟੀ ਦਾ ਅੰਦਾਜ਼ਾ ਉਹਨਾਂ ਪਬਲਿਕ ਦੀ ਮਰਜ਼ੀ ਬੋਲਣ ਜਿਹੜੀ ਮਰਜ਼ੀ ਪਾਰਟੀ ਕਰ ਚੱਲ ਜਾਏ ਉਹਨਾਂ ਨੇ ਕਹਿਣ ਤੁਸੀਂ ਸੇਕਤ ਕਿਸਾਨ ਮੋਰਚਾ 'ਚ ਵੀ ਚੱਲ ਜਾਓ ਰਜਿਸਟ੍ਰੇਸ਼ਨ ਨਹੀਂ ਹੋਇਆ ਜੇ ਤੇ ਉਹਨਾਂ ਨੇ ਕਹਿਣਾ ਜੀ 117 ਸੀਟਾਂ ਤੋਂ ਖੜੇ ਕਰਦੇ ਪਏ ਐ ਤੇ ਐਤ ਕੀ ਲੋਕਾਂ ਨੇ ਕਿਸਾਨਾਂ ਦੀ ਪਾਰਟੀ ਨੂੰ ਹੀ ਸਪੋਰਟ ਕਰਨਾ ਉਹ ਵੀ ਇਹ ਕਲੇਮ ਕਰਨਗੇ ਹਮ ਹੈਨਾ ਉਹ ਹੋਣਾ ਹੈ ਨਹੀਂ ਹੋਣਾ ਉਹਦੀ ਪੋਸਿਬਿਲਟੀ ਜਿੰਨੀ ਮਰਜ਼ੀ ਰਿਮੋਟ ਹੋਵੇ ਪਰ ਨੇਤਾ ਪਬਲੀਕਲੀ ਆਫ ਸਟੇਟਮੈਂਟ ਦੇਗਾ ਪਰ ਉਹਨਾਂ ਦੇ ਵੀ ਆਪਣੇ ਵਿੰਗਸ ਹੁੰਦੇ ਨੇ ਐਨਾਲਿਸਿਸ ਦੇ ਤੇ ਹਰ ਚੀਜ਼ ਦਾ ਇੱਕ ਰੀਜ਼ਨ ਹੁੰਦਾ ਹ ਹੁਣ ਕੀ ਕਰਦੇ ਨੇ ਕਿੰਨਾ ਰਿਸਕ ਲੈਂਦੇ ਨੇ ਇਹ ਡਿਪੈਂਡ ਕਰਦਾ ਪਰ ਜੇ ਵਿਕਰਮਜੀਤ ਸਿੰਘ ਮਜੀਠੀਆ ਨੇ ਦੂਜੀ ਕੌਂਸਟੀਟਿਊਸ਼ਨ ਤੋਂ ਆਪਣੀ ਨੋਮੀਨੇਸ਼ਨ ਵਾਪਸ ਲੈ ਲਈ ਸਿਰਫ ਇਹ ਤੋਂ ਲੜੇ ਤੇ ਇਹ ਬਹੁਤ ਵੱਡਾ ਇੰਡੀਕੇਸ਼ਨ ਹੈ ਕਿ ਗਰਾਊਂਡ ਰਿਐਲਿਟੀ ਕਿਸ ਪਾਸੇ ਜਾ ਰਹੀ ਹੈ ਰਿਐਲਿਟੀ ਚੈੱਕ ਮਿਲ ਜੇ ਰਿਐਲਿਟੀ ਚੈੱਕ ਸਾਨੂੰ ਮਿਲ ਜੇ ਸਰ ਆਪ ਲੈਡ ਫਰਮ ਦਿਸ ਬਦੌੜ ਕੌਂਸਟੀਟਿਊਟ ਇਵਨ ਐਟ ਇਟਸ ਲੋਇਸਟ ਪੁਆਇੰਟ ਬਟ ਕਾਂਗਰਸ ਕੁਡ ਨਾਟ ਹਾਈਐਸਟ ਪੁਆਇੰਟ ਦੇ ਵਿੱਚ ਅਦਰ ਸਟੇਟਸ ਦੇ ਵਿੱਚ ਸੋ ਇਹਨੂੰ ਤੁਸੀਂ ਕਿਦਾਂ ਦੇਖਦੇ ਹੋ ਕਰੰਟ ਸਟੇਟਸ ਕੀ ਹੋ ਸਕਦਾ ਇਹ ਚੀਜ਼ ਥੋੜੀ ਜੀ ਕਨਫਿਊਜ਼ਿੰਗ ਲੱਗਦੀ ਹੈ ਮੈਨੂੰ ਕਿ ਭਾਈ ਜਿਸ ਜਗ੍ਹਾ ਤੋਂ ਹਮ ਰਾਈਟ ਹਮ ਤੁਸੀਂ ਜਦੋਂ ਪੀਕ ਤੇ ਪਿਛਲੀ ਵਾਰੀ ਪਾਵਰ ਚਾਹੀ ਹੀ ਹੈ ਨਾ ਇੰਨੀਆਂ ਸੀਟਾਂ ਜਿੱਤੀਆਂ ਸੀ ਤੇ ਆਮ ਆਦਮੀ ਪਾਰਟੀ ਵੀ ਉਦੋਂ ਪੀਕ ਤੇ ਸੀ ਵੈਸੇ ਮੈਂ ਤਾਂ ਦੱਸਾਂ ਹੈਨਾ ਆਮ ਆਦਮੀ ਪਾਰਟੀ ਵੀ ਉਹਦੀ ਉਹਦੀ ਵੇਵ ਸੀ ਤੇ ਉਹ ਜਿੱਤੇ ਉੱਥੋਂ ਪਰ ਉਹਨਾਂ ਦੇ ਐਮਐਲਏ ਇੱਥੇ ਆ ਗਏ ਨੇ ਹੈਨਾ ਤੇ ਹੁਣ ਇੰਟਰਨਲ ਪੋਲਿਟਿਕਸ ਕੀ ਹੈ ਉਹਨਾਂ ਨੂੰ ਇਹ ਸੀਟ ਕਿਉਂ ਦਿੱਤੀ ਗਈ ਕਿਉਂਕਿ ਉਸ ਤੋਂ ਪਹਿਲਾਂ ਸ਼ਰੋਮਨੀ ਅਕਾਲੀ ਦਲ ਦੀ ਉਹ ਸੀਟ ਰਹੀ ਹੈ ਬਿਲਕੁਲ ਤੇ ਕਾਂਗਰਸ ਦੀ ਇਹ ਸੀਟ ਕਦੀ ਵੀ ਨਹੀਂ ਰਹੀ ਹਾਂ ਕੀ ਸੋਚ ਕੇ ਇੱਥੇ ਖੜੇ ਹੋ ਰਹੇ ਨੇ ਆਸ-ਪਾਸ ਜਿਹੜੀ ਤੁਹਾਡੇ ਕਾਉਂਟਰੀ ਹੁੰਦੀ ਹੈ ਨਾ ਜਿਹੜੇ ਤੁਹਾਡਾ ਐਡਵਾਈਜ਼ਰੀ ਗਰੁੱਪ ਹੁੰਦਾ ਹੈ ਹੈ ਨਾ ਉਹ ਵੀ ਕੀ ਸਲਾਹ ਦੇ ਰਿਹਾ ਉੱਤੇ ਬੜਾ ਕੁਝ ਡਿਪੈਂਡ ਕਰਦਾ ਹੈ ਕਿਉਂਕਿ ਇੰਨੀ ਫਾਸਟ ਪੇਸ ਤੇ ਚੀਜ਼ਾਂ ਮੂਵ ਕਰ ਰਹੀਆਂ ਹੁੰਦੀਆਂ ਹਨ ਬੰਦੇ ਨੂੰ ਕਈ ਵਾਰੀ ਸਮਝ ਨਹੀਂ ਆ ਰਿਹਾ ਕਿ ਆਮ ਆਈ ਮੇਕਿੰਗ ਦੀ ਰਾਈਟ ਡਿਸੀਜਨ অর ਨਾਟ ਪਰ ਉਹਨਾਂ ਦੇ ਰੀਅਲੀ ਇਸ ਕਰਕੇ ਸੀਟ ਤੇ ਚੈਲੈਂਜਿੰਗ ਹੈ ਆਪਣੇ ਆਪ ਚ ਜੀ ਪਰ ਐਵੀ ਟੈਸਟ ਪਤਾ ਚੱਲ ਜਾਏ ਕਿ ਭਈ ਕੀ ਸੀਐਮ ਚੱਨੀ ਦੀ ਪੈਨ ਪੰਜਾਬ ਪੋਪੂਲਾਰਿਟੀ ਹੋ ਗਈ ਹੈ ਜਾਂ ਕਈ ਵਾਰੀ ਇਸ ਤਰ੍ਹਾਂ ਹੁੰਦਾ ਨਾ ਕਿ ਸਮਨ ਇਜ਼ ਟੂ ਮੱਚ ਇੰਟੂ ਦੀ ਨਿਊਜ਼ ਹਰ ਵੇਲੇ ਤੁਸੀਂ ਜਿਹਦਾ ਚਿਹਰਾ ਵੇਖੋਗੇ ਤੁਸੀਂ ਉਹਨੂੰ ਡਿਸਕਸ਼ਨ ਦਾ ਤੇ ਅਜੰਡਾ ਬਣਾ ਹੀ ਲੈਂਦੇ ਹੋ ਹੈਨਾ ਹੁਣ ਤੁਸੀਂ ਉਹਨੂੰ ਅਕਸੈਪਟ ਕਰਦੇ ਹੋ ਵੈਦਰ ਹੀ ਬ੍ਰਿੰਗਸ 댓 ਕਾਈਂਡ ਆਫ ਆਰਾ ਯਾਂ ਕ੍ਰੈਡੀਬਿਲਟੀ ਕਿ ਭਈ ਪੰਜਾਬ ਦੀ ਜਨਤਾ ਸੋਚ ਲੇ ਕਿ ਸੀਐਮ ਸਾਡਾ ਇਹੋ ਜਿਹਾ ਹੋਣਾ ਚਾਹੀਦਾ ਡਸ ਹੀ ਹੈਜ਼ 댓 ਕਾਈਂਡ ਆਫ ਪਰਸਨੈਲਿਟੀ ਆਰਾ ਲੈਗੇਸੀ ਬਿਹਾਈਂਡ ਇਟ ਜੀ ਰਾਈਟ ਉਹਨਾਂ ਦੇ ਉੱਤੇ ਮਤਲਬ ਕਿ ਜੋ ਵੀ ਅਲੀਗੇਸ਼ਨਸ ਲੱਗੇ ਨੇ ਜਨਤਾ ਉਹਨੂੰ ਕਿੰਨਾ ਸੀਰੀਅਸਲੀ ਲੈ ਰਹੀ ਹੈ ਕਿਸ ਤਰ੍ਹਾਂ ਲੈ ਰਹੀ ਹੈ ਤੇ ਬਹੁਤ ਡਿਪੈਂਡ ਕਰਦਾ ਹੈ ਹੈਨਾ ਤੇ ਇਹ ਸਾਰੀਆਂ ਚੀਜ਼ਾਂ ਫੈਕਟਰ ਹੋਣਗੀਆਂ ਜਦੋਂ ਤੁਸੀਂ ਇੱਕ ਨਵੇਂ ਕੰਸਟੀਟੂਐਂਸੀਸ ਜਾ ਕੇ ਆਪਣਾ ਇਲੈਕਸ਼ਨ ਲੜੋਗੇ। ਹਮ ਸਰ ਇਸ ਸਿਨੈਰੀਓ ਨੂੰ ਜੇ ਕੰਕਲੂਡ ਕਰਨਾ ਹੋ ਹਾਊ ਡੂ ਯੂ ਸੀ ਥਿਸ ਸਟਾਪ ਗੈਪ ਅਰੇਂਜਮੈਂਟ ਇਨ ਪੰਜਾਬ ਬੀਟਵੀਨ ਨਵਜੋਤ ਸਿੰਘ ਸਿੱਧੂ ਐਂਡ ਅਮਰਿੰਦਰ ਇਹ ਜੋ ਚੰਨੀ ਜੀ ਹੈ ਹਾਂ ਜੀ ਚੰਨੀ ਜੀ ਦੇਖੋ ਆਇਤੇ ਐਸ ਅ ਸਟਾਪ ਗੈਪ ਅਰੇਂਜਮੈਂਟ ਥੀ ਜੀ ਜੀ ਕਿ ਬੇਸਿਕਲੀ ਪਹਿਲਾ ਚੰਨੀ ਵਾਸ ਦੀ ਵਨ ਹੂ ਵਾਸ ਸਪੋਰਟਿੰਗ ਸਿੱਧੂ ਫਾਰ एवरीथिंग ਹੈਨਾ ਸਿੱਧੂ ਬਹੁਤ ਜ਼ਿਆਦਾ ਲੋਕੀ ਇਹ ਗੱਲ ਨਹੀਂ ਜਾਣਦੇ ਹਮ manpreet badal was the reason he was the one guy who supported chenni to be the cm face as one candidate jada sare nu acceptable hove hm he was close to him of course he is a silent type hai na manpreet badal silent type ne but he played a major role in this hmm. te us to baad uh, siddu nu vi ohna ne samjhaya ki bae, this is one guy who is close to you also hmm. siddu di pehla badi support karde si ohna nal khade hoye jadon ਕੈਪਟਨ ਅਮਰਿੰਦਰ ਸਿੰਘ ਸੀਐਮ ਸਨ ਥੀ ਹੀ ਵਾਸ ਅ ਟੋਲਰਸਟ ਲੀਡਰ ਆਫ ਕਾਂਗਰਸ ਇਨ ਪੰਜਾਬ ਉਦੋਂ ਉਹਨਾਂ ਦੇ ਨਾਲ ਖੜੇ ਹੋਏ ਬਟ ਫਿਰ ਜਦੋਂ ਉਹ ਸੀਐਮ ਬਣੇ ਫਿਰ ਜਿਸ ਤਰ੍ਹਾਂ ਉਹਨਾਂ ਨੇ ਮੀਡੀਆ ਨੂੰ ਮੈਨੇਜ ਕੀਤਾ ਜਿਸ ਤਰ੍ਹਾਂ ਉਹਨਾਂ ਨੇ ਪੋਲਿਟੀਕਲ ਸਿਨੈਰੀ ਨੂੰ ਨੇਵੀਗੇਟ ਕੀਤਾ ਉਹ ਕਾਫੀ ਲੋਕਾਂ ਨੂੰ ਅਸੈਪਟੇਬਲ ਹੋ ਗਏ ਖਾਸ ਤੌਰ ਤੇ ਐਮਐਲਏਸ ਨੂੰ ਵੇਖੋ ਜਿਨ੍ਹਾਂ ਦੇ ਘਰ ਇਲੈਕਸ਼ਨ ਨਹੀਂ ਆ ਉਹਨਾਂ ਦੇ ਘਰ ਤੇ ਮੈਟਰ ਕਰਦਾ ਕਿ ਜਿਹੜੇ ਐਮਐਲਏਸ ਨੇ ਜਾਂ ਪੋਲਿਟੀਕਲ ਪਾਰਟੀ ਦੇ ਲੀਡਰਸ ਨੇ ਉਹਨਾਂ ਨੂੰ ਤੁਸੀਂ ਅਸੈਪਟੇਬਲ ਹੋ ਕਿ ਨਹੀਂ ਉਹਨਾਂ ਨੇ ਆਪਣੇ ਹਾਈ ਕਮਾਂਡ ਨੂੰ ਵੀ ਖੁਸ਼ ਰੱਖਿਆ ਹੂੰ ਉਹਨਾਂ ਨੂੰ ਵੀ ਅਫਾ ਹੀ ਹਮੇਸ਼ਾ ਕਹਿਣ ਦੀ ਕੋਸ਼ਿਸ਼ ਕੀਤੀ ਕਿ ਭਈ ਆਈ ਵਿਲ ਵਰਕ ਐਸ ਪਰ ਯੋਰ ਵਿਸ਼ਸ ਠੀਕ ਹੈ ਨਾ ਹਾਲਾਂਕਿ ਮੈਨੂੰ ਇਹ ਕਈ ਵਾਰੀ ਲੱਗਦਾ ਹੈ ਕਿ ਇੱਕ ਜਿਹੜਾ ਇੱਕ ਸਟੇਟ ਦਾ ਸੀਐਮ ਸੋਵਰਨ ਹੋਣਾ ਚਾਹੀਦਾ ਹੀ ਸ਼ੁੱਡ ਨਾਟ ਵਰਕ ਐਸ ਪਰ ਦੀ ਵਿਸ਼ਸ ਜਿਵੇਂ ਉਹ ਸਟੇਟਮੈਂਟ ਦਿੰਦੇ ਨੇ ਹੀ ਸ਼ੁੱਡ ਵਰਕ ਫਾਰ ਦੀ ਵੈਲਫੇਅਰ ਆਫ ਪੰਜਾਬ ਤੇ ਹਰ ਵਾਰੀ ਹਾਈ ਕਮਾਂਡ ਦੀ ਜੋ ਨੀਡ ਹੈ ਤੇ ਜੋ ਪੰਜਾਬ ਦੀ ਨੀਡ ਹੈ ਉਹ ਅਲੱਗ-ਅਲੱਗ ਵੀ ਹੋ ਸਕਦੀ ਹੈ ਤੇ ਜ਼ਿਆਦਾਤਰ ਅਲੱਗ ਹੀ ਹੋਏਗੀ ਤੇ ਆਪਣੀ ਪ੍ਰਾਇੋਰਟੀ ਤੁਸੀਂ ਕੀ ਰੱਖਦੇ ਹੋ ਮਨੂਆ ਐ ਸਟੇਟਮੈਂਟ ਪਰਸਨਲੀ ਮੈਨੂੰ ਪਸੰਦ ਆਂਦੀ ਚੋਦੀ ਕਰਨੀ ਕਿ ਮੈਂ ਤਾਂ ਹਾਈ ਕਮਾਂਡ ਜਿਵੇਂ ਕਹੀ ਕੀ ਉਸ ਤਰ੍ਹਾਂ ਕਰ ਜੀ ਹੈ ਨਾ ਤੇ ਜਦੋਂ ਰਾਹੁਲ ਗਾਂਧੀ ਇੱਥੇ ਆਏ ਬੇਸਿਕਲੀ ਉਦੋਂ ਵੀ ਉਹਨਾਂ ਨੇ ਉਹ ਅਗੇਨ ਸਿਗਨਲਿੰਗ ਹੋਈ ਕਿ ਭਈ ਉਹਨਾਂ ਨੇ ਉਹਨਾਂ ਨੂੰ ਰੀਸੀਵ ਕਰਨ ਕੌਣ ਗਿਆ ਸਟੇਜ ਤੇ ਦੋਨਾਂ ਨੇ ਤਾਂ ਘੇਰ ਹੀ ਲਾਇਆ ਇੱਕ ਤਰ੍ਹਾਂ ਰਾਹੁਲ ਗਾਂਧੀ ਨੂੰ ਤੇ ਕਿ ਤੁਸੀਂ ਅਨਾਉਂਸ ਕਰੋ ਜੀ ਹੈ ਨਾ ਇਟ ਵਾਸ ਇਟ ਸ਼ੋਡ ਕਾਈਂਡ ਆਫ ਡਿਸਟਰਸਟ ਇਟ ਸ਼ੋਡ ਕਾਈਂਡ ਆਫ ਜਿਹੜਾ ਲੈਕ ਆਫ ਡਿਸਪਲਿਨਰ ਹੂੰ ਕਾਂਗਰਸ ਪਾਰਟੀ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੇ ਧੜੇ ਬਣੇ ਹੋਏ ਨੇ ਇਹ ਉਦੋਂ ਦਿਖਾਇਆ ਉਹਨਾਂ ਨੇ ਤੇ ਇਹ ਇਟ ਡਿਡਨਟ ਰਿਫਲੈਕਟ ਵੈਲ ਸ ਬਹੁਤ ਬਹੁਤ ਧੰਨਵਾਦ ਤੁਹਾਡਾ ਸਰ lettes see ਜਨਤਾ ਇਹਨੂੰ ਕਿਦਾਂ ਪਸੀਵ ਕਰਦੀ ਹੈ ਇਹੋ ਜਿਹੀ ਹੋਰ ਹੈਲਦੀ ਡਿਸਕਸ਼ਨਸ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਸਾਸ਼ਿਕਾਰ